ਡਿਵੀਜ਼ਨ ਨੰਬਰ 5 ਦੀ ਜੀ ਪੁਲਿਸ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇਹ ਅੰਡਰ ਸੁਪਰਵਿਜ਼ਨ SHO ਸ਼੍ਰੀ ਕੁਲਦੀਪ ਸਿੰਘ ਉਹਨਾਂ ਦੇ ਨਾਲ ASI ਗੁਰਚਰਨ ਸਿੰਘ ਹੈੱਡ ਕਾਂਸਟੇਬਲ ਮਲਕੀਤ ਸਿੰਘ ਹੈੱਡ ਕਾਂਸਟੇਬਲ ਕੇਵਲ ਕ੍ਰਿਸ਼ਨ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਅਤੇ ਕਾਂਸਟੇਬਲ ਅਰਪਿਤ ਪਾਸੀ ਉਹਨਾਂ ਟੀਮ ਨੇ ਇੱਕ ਜਿਹੜਾ ਕਾਫੀ ਦੇਰ ਤੋਂ ਇੱਕ ਮੋਟਰ ਬੁਲਟ ਮੋਟਰਸਾਈਕਲ ਨੂੰ ਚੋਰੀ ਕਰਨ ਵਾਲਾ ਜਿਹੜਾ ਗਿਰੋਹ ਸੀਗਾ ਉਹ ਐਕਟਿਵ ਸੀਗਾ ਏਰੀਆ 'ਤੇ ਉਹ ਉਹਨਾਂ ਨੇ ਬੜੀ ਆਪਣੀ ਮਿਹਨਤ ਨਾਲ ਉਹਨੂੰ ਟਰੇਸ ਕੀਤਾ ਅਤੇ ਜਿਹੜੇ ਤਿੰਨ ਦੋਸ਼ੀ ਨੇ ਉਹਨਾਂ ਦੇ ਗਿਰੋਹ ਦੇ ਮੈਂਬਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਦੌਰਾਨ ਇਹਨਾਂ ਨੇ ਤਿੰਨ ਦੋਸ਼ੀਆਂ ਨੂੰ 13 ਅਪ੍ਰੈਲ 2021 ਨੂੰ ਇੱਕ ਚੋਰੀਸ਼ੁਦਾ ਮੋਟਰਸਾਈਕਲ ਦੇ ਨਾਲ ਗ੍ਰਿਫਤਾਰ ਕੀਤਾ ਅਤੇ ਅੱਗੇ ਉਹਨਾਂ ਦੀ ਨਿਸ਼ਾਨਾ ਇਹਨਾਂ ਨੇ ਮੰਨੀਆਂ ਨੇ ਅਤੇ ਤਕਰੀਬਨ 7 ਮੋਟਰਸਾਈਕਲ ਹੈ ਜਿਹੜੇ ਸਾਡੇ ਇਹ ਟਰੇਸ ਹੋ ਚੁੱਕੇ ਨੇ ਅਤੇ ਇਹਨਾਂ ਵਿੱਚੋਂ ਜਿਹੜੇ 4 ਮੁਕੱਦਮੇ ਨੇ ਉਹ ਡਿਵੀਜ਼ਨ ਸੀ ਗਾਲਿਬ ਕਲਾ ਇਹਦੀ ਉਮਰ 29 ਸਾਲ ਹੈ ਇਹ ਮੇਨ ਜਿਹੜਾ ਗੈਂਗ ਦਾ ਆਪਾਂ ਕਹਿ ਸਕਦੇ ਹਾਂ ਕਿ ਗੈਂਗ ਲੀਡਰ ਸੀਗਾ ਉਹ ਵਿਰਸਾ ਸਿੰਘ ਸੀਗਾ ਨੈਕਸਟ ਹੈ ਰਾਣਾ ਵਾਸੀ ਪਿੰਡ ਗਾਲਿਬ ਕਲਾ ਇਹ ਹਾਲੇ ਅਰੈਸਟ ਕਰਨੇ ਬਾਕੀ ਨੇ ਫਰਾਰ ਅਤੇ ਇਹਨਾਂ ਕੋਲ 7 ਮੋਟਰਸਾਈਕਲ ਬਰਾਮਦ ਆਏ ਨੇ ਜਿਹੜਾ ਤਰੀਕਾ ਵਾਰਦਾ ਅਤੇ ਇਹਨਾਂ ਦਾ ਇਹ ਸੀਗਾ ਕਿ ਸ਼ਹਿਰ 'ਚ ਨਵਾਂ ਸੀਗਾ ਉਹਦਾ ਇਹ ਲੋਕ ਤੋੜਦੇ ਸੀਗੇ ਲੋਕ ਤੋੜਨ ਤੋਂ ਬਾਅਦ ਕਰਦੇ ਸੀ ਜਿਹੜਾ ਇਹਨਾਂ ਦਾ ਮੇਨ 'ਚ ਮਾਸਟਰ ਮਾਈਂਡ ਹੈ ਵਿਰਸਾ ਸਿੰਘ ਉਹ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਕਾਫੀ ਕਾਮਯਾਬੀ ਵੱਡੀ ਕਾਮਯਾਬੀ ਮਿਲੀ ਹੈ ਜੀ ਇਹਨਾਂ ਦੀ ਪੁਲਿਸ ਟੀਮ ਅੰਡਰ ਸੁਪਰਵਿਜ਼ਨ SHO ਕੁਲਦੀਪ ਸਿੰਘ ਅੱਗੇ ASI ਗੁਰਚਰਨ ਸਿੰਘ ਹੈੱਡ ਕਾਂਸਟੇਬਲ ਮਲਕੀਤ ਸਿੰਘ ਕੇਵਲ ਕ੍ਰਿਸ਼ਨ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਅਤੇ ਕਾਂਸਟੇਬਲ ਅਰਪਿਤ ਪਾਸੀ ਦੀ ਟੀਮ ਨੇ ਇੱਕ ਬੁਲਟ ਮੋਟਰਸਾਈਕਲ ਚੋਰੀ ਕਰਨ ਦਾ ਜਿਹੜਾ ਗੈਂਗ ਸੀਗਾ ਉਹਨੂੰ ਟਰੇਸ ਕੀਤਾ ਅਤੇ ਉਹਨਾਂ ਕੋਲ 7 ਮੋਟਰਸਾਈਕਲ ਬਰਾਮਦ ਕੀਤੇ ਨੇ ਇਹਨਾਂ ਨੇ ਮਿਹਨਤ ਨਾਲ ਕੰਮ ਕਰਦੇ ਹੋਏ 13 ਅਪ੍ਰੈਲ 2021 ਨੂੰ ਦੋ ਮੁਲਜ਼ਮ ਜਿਹੜੇ ਵਿਰਸਾ ਸਿੰਘ ਅਤੇ ਅੱਗੇ ਹਰਮਨਦੀਪ ਸਿੰਘ ਗ੍ਰਿਫਤਾਰ ਕੀਤੇ ਇਹਨਾਂ ਨੇ ਡੀ ਜ਼ੋਨ ਕੋਲ ਨਾਕਾ ਲਗਾ ਕੇ ਜਿਨ੍ਹਾਂ 'ਤੇ ਮੁਕੱਦਮਾ ਨੰਬਰ 165/2021 ਦਰਜ ਕੀਤਾ ਗਿਆ ਜਦੋਂ ਇਹਨਾਂ ਦੀ ਪੁੱਛਗਿੱਛ ਅੱਗੇ ਕੀਤੀ ਤਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ 8-9 ਵਾਰਦਾਤਾਂ ਕਬੂਲ ਕੀਤੀਆਂ ਅਤੇ ਇਹਨਾਂ ਨੇ 6 ਮੋਟਰਸਾਈਕਲ ਹੋਰ ਯਾਨੀ ਕਿ ਕੁੱਲ 7 ਮੋਟਰਸਾਈਕਲ ਚੋਰੀਸ਼ੁਦਾ ਜਿਹੜੇ ਚੋਰੀ ਇਹਨਾਂ ਨੇ ਕੀਤੇ ਸੀ ਉਹ ਬਰਾਮਦ ਕਰਵਾਏ ਇਹਨਾਂ ਦੀ ਨਿਸ਼ਾਨਦੇਹੀ 'ਤੇ ਇੱਕ ਦੋਸ਼ੀ ਹੋਰ ਹਰਜਿੰਦਰ ਸਿੰਘ ਜਿਹੜਾ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਦੋ ਦੋਸ਼ੀ ਇਹਦੇ ਵਿੱਚ ਗੁਰਮਨ ਤੇ ਇੱਕ ਹਿੰਦਾ ਜਿਹੜੇ ਨੇ ਉਹ ਗਾਲਿਬ ਕਲਾਂ ਦੇ ਰਹਿਣ ਵਾਲੇ ਨੇ ਉਹ ਹਾਲੇ ਫਰਾਰ ਨੇ ਇਹ ਤੁਸੀਂ ਹਾਲੇ ਤੱਕ 7 ਮੁਕੱਦਮੇ ਜਿਹੜੇ 6 ਮੁਕੱਦਮੇ ਨੇ ਹਾਲੇ ਜਿਹੜੇ ਆਪਣੇ ਕਮਿਸ਼ਨਰੇਟ ਦੇ ਉਹ ਟਰੇਸ ਕਰਨ ਵਿੱਚ ਕਾਮਯਾਬ ਹੋਏ ਆ ਜਿਹਨਾਂ ਵਿੱਚੋਂ 4 ਮੁਕੱਦਮੇ ਜਿਹੜੇ ਨੇ ਡਿਵੀਜ਼ਨ ਨੰਬਰ 5 ਵਿੱਚ ਦਰਜ ਨੇ ਇੱਕ ਮੁਕੱਦਮਾ ਸਰਾਭਾ ਨਗਰ ਥਾਣੇ ਦਰਜ ਹੈ ਤੇ ਇੱਕ ਮੁਕੱਦਮਾ ਡਿਵੀਜ਼ਨ ਨੰਬਰ 8 ਵਿੱਚ ਦਰਜ ਹੈ ਤੇ 6-7 ਮੋਟਰਸਾਈਕਲ ਜਿਹੜੇ ਨੇ ਇਹ ਬਰਾਮਦ ਹੋ ਚੁੱਕੇ ਨੇ ਜਿਹੜਾ ਤਰੀਕਾ ਵਾਰਦਾਤ ਇਹਨਾਂ ਦਾ ਸੀਗਾ ਕਿ ਜਿਹੜਾ ਵਿਰਸਾ ਸਿੰਘ ਇਹਨਾਂ ਦਾ ਮੇਨ ਗੈਂਗ ਲੀਡਰ ਸੀਗਾ ਇਹ ਪਹਿਲਾਂ ਮਕੈਨਿਕ ਦਾ ਕੰਮ ਕਰਦਾ ਸੀਗਾ ਮੋਟਰਸਾਈਕਲ ਮਕੈਨਿਕ ਦਾ ਅਤੇ ਜ਼ਿਆਦਾ ਬੁਲਟ ਮਕੈਨਿਕ ਹੀ ਪ੍ਰਿਪੇਅਰ ਕਰਦਾ ਸੀਗਾ ਇਹ ਦੇਖ ਲੈਂਦਾ ਸੀ ਅਗਰ ਤਾਂ ਥੋੜ੍ਹਾ ਪੁਰਾਣਾ ਮਾਡਲ ਦਾ ਮੋਟਰਸਾਈਕਲ ਹੈ ਉਹਦਾ ਤਾਂ ਮਾਸਟਰ ਕੀ ਪੁਰਾਣੀ ਕੋਈ ਬਣਾ ਕੇ ਉਹਦੇ ਨਾਲ ਖੋਲ ਲੈਂਦਾ ਸੀਗਾ ਜਿਹੜਾ ਨਵਾਂ ਮਾਡਲ ਦਾ ਮੋਟਰਸਾਈਕਲ ਹੈ ਉਹ ਮਾਸਟਰ ਕੀ ਨਾਲ ਨਹੀਂ ਖੁੱਲਦਾ ਸੀਗਾ ਉਹਦਾ ਫਿਰ ਇਹ ਨੂੰ ਪਤਾ ਸੀਗਾ ਕਿ ਲੋਕ ਕਿੱਥੋਂ ਟੁੱਟਦਾ ਉਹ ਲੋਕ ਤੋੜ ਕੇ ਫਿਰ ਉਸ ਤੋਂ ਬਾਅਦ ਰੇੜ ਕੇ ਲੈ ਜਾਂਦੇ ਸੀ ਉਸ ਤੋਂ ਬਾਅਦ ਸਟਾਰਟ ਕਰਕੇ ਇਹ ਉਸ ਤੋਂ ਬਾਅਦ ਚੋਰੀ ਕਰਦੇ ਸੀਗੇ ਸਰ ਫੜੇ ਕਿੱਦਾਂ ਗਏ ਨੇ ਤੁਸੀਂ ਇਹ ਜੀ ਟੀਮ ਨੂੰ ਕਿਉਂਕਿ ਕਾਫੀ ਦਿਨਾਂ ਤੋਂ ਚੋਰੀਆਂ ਹੋ ਰਹੀਆਂ ਸੀਗੀਆਂ ਆਲਰੇਡੀ 4 ਪਰਚੇ ਦਰਜ ਹੋ ਚੁੱਕੇ ਸੀਗੇ ਤੇ ਜ਼ੋਨ ਵਿੱਚ 6 ਪਰਚੇ ਦਰਜ ਹੋ ਚੁੱਕੇ ਸੀਗੇ ਮੋਟਰਸਾਈਕਲ ਦੇ ਸਾਡੇ ਕੋਲ ਕੁਝ ਕਲੂ ਵੀ ਸੀਗੇ CCTV ਫੁਟੇਜ ਵੀ ਸੀਗੀਆਂ ਤਾਂ ਫਿਰ SHO 5 ਨੇ ਇੱਕ ਟੀਮ ਦਾ ਗਠਿਤ ਆਪਣੀ ਟੀਮ ਬਣਾਈ ਥਾਣੇ ਦੀ ਤੇ ਉਸ ਤੋਂ ਬਾਅਦ ਇਹਨਾਂ ਨੇ ਟਰੈਪ ਲਾ ਕੇ ਤੇ ਡੀ ਜ਼ੋਨ ਦੇ ਕੋਲ ਜਦੋਂ ਨਾਕਾ ਲਾਇਆ ਸੀ ਉਸ ਤੋਂ ਬਾਅਦ ਕੋਈ ਇਨਫੋਰਮੇਸ਼ਨ ਸੀਗੀ ਇੱਥੋਂ ਇਹਨਾਂ ਨੇ ਵਾਰਦਾਤ ਕਰਨੀ ਹੈ ਤਾਂ ਉੱਥੇ ਇਹ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਮੋਟਰਸਾਈਕਲਾਂ ਦੀ ਨੰਬਰ ਪਲੇਟਾਂ ਇਹਨਾਂ ਨੇ ਗਲਤ ਲਾਈਆਂ ਹੋਈਆਂ ਸੀਗੀਆਂ ਤੇ ਕੁਛ ਦੇ ਇਹਨਾਂ ਨੇ ਖਾਲੀ ਪਲੇਟਾਂ ਸੀ ਵਿਦਆਊਟ ਨੰਬਰ ਪਲੇਟ ਸੀਗੀਆਂ ਤੇ ਬਾਕੀਆਂ ਦੇ ਨੰਬਰ ਪਲੇਟ ਇਹਨਾਂ ਨੇ ਚੇਂਜ ਕੀਤੀਆਂ ਹੋਈਆਂ ਸੀਗੀਆਂ ਇਸ ਮਕਸਦ ਨੂੰ ਇਹ ਜਿਹੜੇ ਚੋਰੀ ਕਰਦੇ ਸੀ ਵੇਚਣ ਵਾਸਤੇ ਜਾਂ ਆਰਸੀ ਵਗੈਰਾ ਇਹ ਵੇਚਣ ਵਾਸਤੇ ਚੋਰੀ ਕਰਦੇ ਸੀ ਇਹਨਾਂ ਦੇ ਕਹਿਣ ਮੁਤਾਬਕ ਪੈਸਿਆਂ ਦੀ ਲੋੜ ਸੀਗੀ ਇਹਨਾਂ ਨੂੰ ਇਸ ਕਰਕੇ ਇਹ ਚੋਰੀ ਕਰਦੇ ਸੀਗੇ ਤੇ ਸਸਤੇ ਰੇਟ ਤੇ ਮੋਟਰਸਾਈਕਲ ਜਿਹੜੇ ਵੇਚਦੇ ਸੀ ਤਕਰੀਬਨ ਜਿਹੜੇ ਮੋਟਰਸਾਈਕਲ ਨੇ ਇਹਨਾਂ ਦੀ ਕੀਮਤ 1.5 ਤੋਂ 2 ਲੱਖ ਦੇ ਵਿੱਚ ਹੈ ਹਰ ਮੋਟਰਸਾਈਕਲ ਦੀ ਕੀਮਤ ਤੇ ਇਹ ਇਹਨਾਂ ਨੂੰ 50,000 ਤੋਂ ਲੈ ਕੇ 70,000-75,000 ਦੇ ਵਿੱਚ ਵਿੱਚ ਇਹਨਾਂ ਨੂੰ ਸਸਤੇ ਰੇਟਾਂ ਦੇ ਅੱਗੇ ਵੇਚ ਦਿੰਦੇ ਸੀ ਸਰ ਕਿਸ ਤਰ੍ਹਾਂ ਵੇਚਦੇ ਸੀ ਕੋਈ ਆਰਤੀ ਵਗੈਰਾ ਬਣਾਉਂਦੇ ਸੀ ਜਾਂ ਜਿਸ ਦੀ ਮਦਦ ਨਾਲ ਆਰਤੀ ਬਣਾਉਂਦੇ ਸੀ ਉਸ ਉੱਪਰ ਵੀ ਕੋਈ ਕਾਰਵਾਈ ਕੀਤੀ ਗਈ ਹੈ ਜਾਂ ਬੰਦਾ ਫੜਿਆ ਗਿਆ ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹਲੇ ਇਹਨਾਂ ਆਰਸੀ ਵਗੈਰਾ ਦਾ ਕੁਛ ਨਹੀਂ ਸੀਗਾ ਕਿਉਂਕਿ ਹਲੇ ਇਹਨਾਂ ਨੇ ਜਨਵਰੀ ਆਨਵਰਡ ਹੀ ਸਟਾਰਟ ਕੀਤਾ ਤੇ ਹਲੇ ਆਰਸੀ ਵਗੈਰਾ ਕੋਈ ਸਾਹਮਣੇ ਨਹੀਂ ਆਈ ਲੇਕਿਨ ਅਗਰ ਕੋਈ ਗੱਲ ਸਾਹਮਣੇ ਆਈ ਤਾਂ ਫਿਰ ਉਹ ਅਕੋਰਡਿੰਗਲੀ ਐਕਸ਼ਨ ਲਿਆ ਜਾਏ ਕਿੰਨੀ ਉਮਰ ਕਿੰਨੀ ਹੈ ਜੀ ਦੋਸ਼ੀਆਂ ਦੀ
ਜਿਹੜਾ ਵਿਰਸਾ ਸਿੰਘ ਹੈ ਇਹਦੇ ਵਿੱਚ 29 ਸਾਲ ਦਾ, ਹਰਜਿੰਦਰ ਸਿੰਘ 18 ਸਾਲ ਦਾ, ਇੱਕ ਹੋਰ ਬੋਬੀ ਹਰਜਿੰਦਰ ਉਹਦੀ ਉਮਰ 21 ਸਾਲ ਹੈ। ਕਿੰਨੇ ਕੁ ਪੜ੍ਹੇ ਲਿਖੇ ਨੇ ਜਾਂ ਕੋਈ ਡਿਗਰੀ ਵਗੈਰਾ ਕੀ? ਹਾਲੇ ਕੋਈ ਜ਼ਿਆਦਾ ਨਹੀਂ ਪੜ੍ਹੇ ਲਿਖੇ, ਹਲੇ ਵਿਹਲੇ ਨੇ। ਜਿਹੜਾ ਹਰਜਿੰਦਰ ਸਿੰਘ ਹੈ ਉਹ ਹਲੇ 18 ਸਾਲ ਦਾ ਤੇ ਉਹ ਹਲੇ ਸਟੂਡੈਂਟ ਹੀ ਹੈ, ਉਹ ਹਲੇ ਬਾਹਰ ਜਾਣ ਦੀ ਇੱਛੁਕ ਹੈ, ਤਿਆਰੀ ਕਰ ਰਿਹਾ ਆਪਣੇ ਆਈਲੈਟਸ ਵਗੈਰਾ ਦੀ। ਕਈਆਂ ਦਾ ਆਪਣਾ ਮਕਾਨ ਹੈਗਾ, ਕਈ ਕਿਰਾਏ ਤੇ ਰਹਿ ਰਹੇ। ਜਿਸ ਤਰ੍ਹਾਂ ਇੱਕ ਪਿੰਡ ਦੇ ਨੇ, ਕੋਈ ਰਿਸ਼ਤੇਦਾਰੀ ਵੀ ਇਹਨਾਂ ਦੀ ਪੈਂਦੀ ਹੈ? ਨਹੀਂ, ਰਿਸ਼ਤੇਦਾਰੀ ਕੋਈ ਨਹੀਂ ਹੈ ਜੀ, ਆਪਸ ਇੱਕ ਦੂਜੇ ਦੋਸਤ ਮਿੱਤਰ ਹੀ ਨੇ ਸਾਰੇ। ਪਹਿਲਾਂ ਵੀ ਪਰਚੇ ਪੁੱਛਣੇ ਸੀ ਇਹਨਾਂ? ਪਹਿਲਾਂ ਇਹਨਾਂ ਦਾ ਕੋਈ ਕੇਸ ਰਜਿਸਟਰ ਨਹੀਂ ਹੈਗਾ। ਕਿਹੜੇ ਕਿਰਾਏ ਤੇ ਰਹਿ ਰਹੇ ਸਰ? ਉਹਨਾਂ ਦੇ ਕੋਈ ਪੁਲਿਸ ਵੈਰੀਫਿਕੇਸ਼ਨ ਦਾ ਕੁਝ ਇਦਾਂ? ਇਹ ਸਾਰਾ ਜੀ ਜਿਹੜੇ ਹੈਗੇ ਨੇ ਤਕਰੀਬਨ ਜਗਰਾਉਂ ਦੇ ਨੇ ਹੈਗੇ, ਲੋਕਲ ਕਮਿਸ਼ਨਰ ਦਾ ਕੋਈ ਲੈਣ ਵਾਲਾ ਨਹੀਂ ਹੈਗਾ, ਤੇ ਅਸੀਂ ਉੱਥੇ ਲਿਖ ਕੇ ਭੇਜਾਂਗੇ ਕਿ ਅਗਰ ਇਹਨੇ ਵੈਰੀਫਿਕੇਸ਼ਨ ਨਹੀਂ ਕਰਾਈ ਤਾਂ ਉੱਥੇ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗਾ।